ਅੱਜ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ, ਮਾਤਾ ਗੁਜਰੀ ਜੀ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਮੇਰੀ ਦਸਤਾਰ, ਮੇਰੀ ਸ਼ਾਨ, ਜੋ ਸਾਡੇ ਯੂਥ ਅਕਾਲੀ ਦਲ ਵੱਲੋਂ ਇਹ ਪ੍ਰੋਗਰਾਮ ਲਿਖਿਆ ਗਿਆ ਪੰਜਾਬ ਭਰ ਦੇ ਵਿੱਚ, ਔਰ ਖਾਸ ਤੌਰ 'ਤੇ ਇਹਨਾਂ ਸ਼ਹੀਦੀ ਸਮਾਗਮਾਂ 'ਤੇ ਆਣ ਕੇ ਜੋ ਲੱਖਾਂ ਦੀ ਗਿਣਤੀ ਵਿੱਚ ਸੰਗਤ ਆਉਂਦੀ ਆ, ਮੇਰੀ ਦਸਤਾਰ, ਮੇਰੀ ਸ਼ਾਨ ਬਹੁਤ ਵੱਡਾ ਸੁਨੇਹਾ ਲੈ ਕੇ ਜਾਂਦੀ। ਮੈਨੂੰ ਬੜੀ ਖੁਸ਼ੀ ਆ ਕਿ ਛੋਟੇ ਛੋਟੇ ਬੱਚੇ ਹਰਿਆਣੇ ਤੋਂ, ਦਿੱਲੀ ਤੋਂ, ਰਾਜਸਥਾਨ ਤੋਂ ਔਰ ਦੇਸ਼ ਭਰ ਦੇ ਆ ਬਾਕੀ ਪ੍ਰਦੇਸ਼ਾਂ ਤੋਂ ਵੀ ਅੱਜ ਇਹ ਦਸਤਾਰ ਦੀ ਸ਼ਾਨ ਨੂੰ ਦੇਖ ਕੇ ਆਪਣੇ ਸਿਰਾਂ 'ਤੇ ਦਸਤਾਰ ਸਜਾ ਰਹੇ ਨੇ। ਇਹ ਇੱਕ ਬੜਾ ਵੱਡਾ ਉਪਰਾਲਾ ਹੈ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ, ਇਹਨਾਂ ਦੀ ਸਾਰੀ ਟੀਮ ਨੂੰ ਇਸ ਗੱਲ ਦੀ ਮੁਬਾਰਕਬਾਦ ਕਰਦਾ ਕਿ ਨੌਜਵਾਨਾਂ ਨੂੰ ਇਸ ਲਹਿਰ ਦੇ ਨਾਲ ਜੋੜ ਕੇ ਸਾਡੀ ਦਸਤਾਰ ਨੂੰ ਜਿਹੜੇ ਚੈਲੇਂਜ ਨੇ, ਦਸਤਾਰ ਜਿਹੜੀ ਸਾਡੀ ਸ਼ਾਨ ਆ, ਸਾਡਾ ਗੌਰਵ ਆ, ਸਾਡਾ ਮਾਣ ਆ, ਔਰ ਇਸ ਦਸਤਾਰ ਦੀ ਸ਼ਾਨ ਲਈ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਨੀਹਾਂ ਵਿੱਚ ਸਰੀਰ ਦਿਲਵਾ ਕੇ ਸਾਡੇ ਮਹਾਨ ਸਾਹਿਬਜ਼ਾਦਿਆਂ ਨੇ ਇੱਕ ਕੁਰਬਾਨੀ ਕਰਕੇ ਇਤਿਹਾਸ ਰਚਿਆ। ਚਮਕੌਰ ਦੇ ਮੈਦਾਨਾਂ ਵਿੱਚ ਜੀਤ ਅਤੇ ਜੁਝਾਰ ਦੀਆਂ ਮਹਾਨ ਸ਼ਹਾਦਤਾਂ ਨੇ ਇਤਿਹਾਸ ਰਚਿਆ, ਔਰ ਮੈਂ ਸਮਝਦਾ ਕਿ ਇਹ ਜਿਹੜਾ ਮੇਰੀ ਦਸਤਾਰ, ਮੇਰੀ ਸ਼ਾਨ, ਮੇਰੇ ਸਮਾਗਮ ਨੇ, ਇਹ ਨੌਜਵਾਨਾਂ ਵਿੱਚ ਬੜਾ ਉਤਸ਼ਾਹ ਪੈਦਾ ਕਰ ਰਹੇ ਨੇ ਔਰ ਦਸਤਾਰ ਸਜਾਉਣ ਦੀ ਇੱਕ ਲਹਿਰ ਚੱਲ ਰਹੀ ਆ। ਹਰ ਮਾਂ ਭੈਣ ਇਸ ਤੋਂ ਸੁਨੇਹਾ ਲੈ ਕੇ ਜਾਂਦਾ। ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੀ ਦਸਤਾਰ, ਮੇਰੀ ਸ਼ਾਨ ਸਮਾਗਮ ਜਿਹੜਾ ਅੱਜ ਸਵੇਰੇ ਤੋਂ ਹੀ ਚੱਲ ਰਿਹਾ, ਜਿਹਦੇ 'ਚ ਸਭ ਤੋਂ ਪਹਿਲਾਂ ਸ਼੍ਰੀ ਫਤਿਹਗੜ੍ਹ ਸਾਹਿਬ ਜੀ ਦੇ ਮੁੱਖ ਹੈੱਡ ਗ੍ਰੰਥੀ ਸਤਿਕਾਰਯੋਗ ਭਾਈ ਹਰਪਾਲ ਸਿੰਘ ਜੀ ਨੇ ਅਰਦਾਸ ਕਰਕੇ ਇਹਦੀ ਸਮਾਗਮ ਦੀ ਸ਼ੁਰੂਆਤ ਕੀਤੀ। ਉਹ ਤੋਂ ਬਾਅਦ ਮੈਂ ਦੇਖ ਰਿਹਾ ਕਿ ਸਾਰੇ ਇੱਥੇ ਸਤਿਕਾਰਯੋਗ ਕਈ ਪੰਥਕ ਸ਼ਖਸੀਅਤਾਂ, ਸਨਮਾਨਯੋਗ ਸ਼ਖਸੀਅਤਾਂ ਆ ਕੇ ਇਸ ਕੈਂਪ ਦੇ ਵਿੱਚ ਸ਼ਮੂਲੀਅਤ ਕਰ ਰਹੀਆਂ ਅਤੇ ਹੌਸਲਾ ਅਫਜਾਈ ਕਰ ਰਹੀਆਂ ਨੌਜਵਾਨਾਂ ਦੀਆਂ ਕਿ ਦਸਤਾਰਾਂ ਸਜਾਓ, ਗੁਰੂ ਵਾਲਾ ਬਣੋ ਅਤੇ ਸਿੱਖੀ ਸਰੂਪ ਵੱਲ ਮੁੜੋ, ਜਿਹਦੇ 'ਚ ਮੈਂ ਸਮਝਦਾ ਕਿ ਪ੍ਰੋਫੈਸਰ ਪ੍ਰੇਮ ਸਿੰਘ ਜੀ ਚੰਦੂਮਾਰਾ ਸਾਹਿਬ, ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ, ਉਹਨਾਂ ਦੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਰਾਜੂ ਖੰਨਾ ਜੀ ਹਲਕਾ ਇੰਚਾਰਜ ਮਲੋਹ, ਉਹਨਾਂ ਦੇ ਨਾਲ ਸਰਦਾਰ ਸਰਜੀਤ ਸਿੰਘ ਚਨਾਥਲ ਜੀ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਚਨਾਥਲ ਸਾਹਿਬ, ਉਹਨਾਂ ਦੇ ਨਾਲ ਅੱਗੇ ਸਰਦਾਰ ਅਜਮੇਰ ਸਿੰਘ ਖੇੜਾ ਜੀ, ਸ਼੍ਰੋਮਣੀ ਕਮੇਟੀ ਮੈਂਬਰ, ਸਤਵਿੰਦਰ ਸਿੰਘ ਟੌੜਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ, ਸੋ ਉਹਨਾਂ ਦੇ ਨਾਲ ਹੋਰ ਵੀ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਸਾਰੀ ਦਰਜਾ ਦਰਜਾ ਸਮੁੱਚੀ ਲੀਡਰਸ਼ਿਪ, ਪਰਮਿੰਦਰ ਸਿੰਘ ਸੁਹਾਣਾ ਜੀ, ਮਨਜੀਤ ਸਿੰਘ ਮਰਕਪੁਰ ਜੀ, ਪਰਮਿੰਦਰ ਸਿੰਘ ਸੋਮਲ ਜੀ, ਸਾਰੀਆਂ ਸਤਿਕਾਰਯੋਗ ਮੈਂ ਕਿਹਦਾ ਕਿਹਦਾ ਨਾਂ ਆ, ਸਾਰੀਆਂ ਯੂਥ ਅਕਾਲੀ ਦਲ ਦੇ ਸਾਡੇ ਆਗੂ ਸਾਹਿਬਾਨ ਵੱਡੇ ਪੱਧਰ ਦੇ ਵਿੱਚ ਇੱਥੇ ਪਹੁੰਚੇ ਹੋਏ ਨੇ। ਭਾਈ ਰਵਿੰਦਰ ਸਿੰਘ ਖਾਲਸਾ ਜੀ ਹੁਣ ਪਹੁੰਚੇ ਨੇ, ਸ਼੍ਰੋਮਣੀ ਕਮੇਟੀ ਮੈਂਬਰ ਨੇ, ਅਵਤਾਰ ਸਿੰਘ ਰਿਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ, ਸੋ ਜਿੱਥੇ ਸਾਰੇ ਇਹ ਸਾਨੂੰ ਇੱਥੇ ਆਸ਼ੀਰਵਾਦ ਦੇਣ ਲਈ, ਹੌਸਲਾ ਅਫਜਾਈ ਕਰਨ ਲਈ ਪਹੁੰਚੇ ਨੇ, ਉਹਨਾਂ ਧੰਨਵਾਦ, ਸਭ ਤੋਂ ਵੱਡਾ ਧੰਨਵਾਦ ਕੋਟਾਨ ਕੋਟਾਨ ਧੰਨਵਾਦ ਗੁਰੂ ਸਾਹਿਬ ਦਾ, ਜਿਨ੍ਹਾਂ ਨੇ ਕਿਰਪਾ ਕਰਕੇ ਸੇਵਾ ਯੂਥ ਅਕਾਲੀ ਦਲ ਸ਼੍ਰੋਮਣੀ ਕਮੇਟੀ ਬਖਸ਼ੀ।